ਬਹੁਤ ਮਾੜੀ ਕੰਡੀਸ਼ਨ ਚੱਲਦੀ ਪਈ ਹੈ ਕਰੋਨਾ ਗੋਸ਼ਾਲਾ ਦੀ। ਸਰਕਾਰੀ ਗੋਸ਼ਾਲਾ ਹੈ ਲੇਕਿਨ ਅਸੀਂ ਪ੍ਰਾਈਵੇਟ ਬੰਦੇ ਮਿਲ ਜੁਲ ਕੇ ਸੰਭਾਲਨੇ ਪਏ ਹਾਂ। ਸਰਕਾਰਾਂ ਦੇ ਉੱਤੇ ਕਿਹੜੇ ਮੂੰਹ ਕਹਿਣ ਵਾਲੀ ਗੱਲ ਹੈ ਜੀ ਉਹਨਾਂ ਦੀ। ਅਜੇ ਸਰਕਾਰਾਂ ਸਿਰਫ ਆਪਣਾ ਢਿੱਡ ਭਰ ਕੇ ਰਾਜੀ ਹੈ। ਗੋਸ਼ਾਲਾ ਦਾ ਗੋ ਟੈਕਸ, ਜਿਹੜਾ ਗੋ ਟੈਕਸ ਆਉਂਦਾ ਹੈ ਹਰ ਸ਼ਰਾਬ ਤੋਂ ਹਰ ਚੀਜ਼ ਤੋਂ ਟੈਕਸ ਮਿਲਦਾ ਹੈ, ਲੇਕਿਨ ਉਹਨਾਂ ਦੇ ਆਪਣਾ ਕੋਠੀਆਂ ਆਪਣਾ ਢਿੱਡ ਹੀ ਭਰ ਕੇ ਰਾਜੀ, ਇਸ ਤੋਂ ਇਲਾਵਾ ਕੁਛ ਨਹੀਂ ਕਰ ਸਕਦੀ। ਕੀਤਾ ਜਾ ਰਿਹਾ ਕਿ ਲੋਕਾਂ ਕੋਲ ਭੀਖ ਮੰਗੀ ਜਾ ਰਹੀ ਆ, ਠੀਕ ਹੈ ਜੀ। ਸਰਕਾਰ ਨੂੰ ਤਾਂ ਸ਼ਰਮ ਆਉਣੀ ਨੀ, ਕਮ ਸੇ ਕਮ ਜਿਹੜੇ ਆਮ ਲੋਕ ਨੇ ਉਹ ਵਿਚਾਰੇ ਅੱਗੇ ਆਉਣ। ਗਾਵਾਂ ਨੂੰ ਨਹੀਂ ਮਿਲ ਰਿਹਾ ਭਰਪੇਟ ਚਾਰਾ, ਭੁੱਖ ਕਾਰਨ ਮਰ ਰਹੀਆਂ ਨੇ ਗਾਵਾਂ। ਜਿਨ੍ਹਾਂ ਗਾਵਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਉਹਨਾਂ ਨੂੰ ਹੀ ਢਿੱਡ ਭਰ ਕੇ ਚਾਰਾ ਨਹੀਂ ਮਿਲ ਰਿਹਾ, ਉਹਨਾਂ ਨੂੰ ਹੀ ਰਹਿਣ ਲਈ ਚੱਜ ਦੀ ਥਾਂ ਨਹੀਂ ਮਿਲ ਰਹੀ। ਬੜੀ ਖਰਾਬ ਹਾਲਤ ਦੇ ਵਿੱਚ ਇਹ ਗਾਵਾਂ ਰਹਿਣ ਲਈ ਮਜਬੂਰ ਹੈ ਅਤੇ ਹਰ ਰੋਜ਼ ਭੁੱਖ ਕਾਰਨ ਕਈ ਗਾਵਾਂ ਦੀ ਮੌਤ ਹੋ ਰਹੀ ਹੈ। ਇਹ ਹਾਲਾਤ ਗੁਰਦਾਸਪੁਰ ਦੇ ਕਲਾਨੌਰ ਦੀ ਗਊਸ਼ਾਲਾ ਦੇ ਨੇ। ਹਾਲਾਤ ਹੁਣ ਇਹ ਹੋ ਗਏ ਨੇ ਕਿ ਇੱਕ ਨਿੱਜੀ ਬੇਜ਼ੁਬਾਨ ਬੇਸਹਾਰਾ ਫਾਊਂਡੇਸ਼ਨ ਵੱਲੋਂ ਇਕੱਠੇ ਹੋ ਕੇ ਲੋਕਾਂ ਦੀ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਪੈਸੇ ਇਕੱਠੇ ਹੋ ਸਕਣ ਤੇ ਇਹਨਾਂ ਬੇਸਹਾਰਾ ਗਾਵਾਂ ਦੇ ਲਈ ਚਾਰਾ ਤੇ ਹੋਰ ਸੁਵਿਧਾਵਾਂ ਦਾ ਇੰਤਜ਼ਾਮ ਕੀਤਾ ਜਾ ਸਕੇ। ਕਲਾਨੌਰ ਗੋਸ਼ਾਲਾ ਦੀ ਅਸੀਂ ਰੂਟੀਨ ਚ ਜਾਂਦੇ ਆ, ਬਹੁਤ ਮਾੜੀ ਕੰਡੀਸ਼ਨ ਚੱਲਦੀ ਪਈ ਹੈ ਕਲਾਨੌਰ ਗੋਸ਼ਾਲਾ ਦੀ। ਸਰਕਾਰੀ ਗੋਸ਼ਾਲਾ ਹੈ ਲੇਕਿਨ ਅਸੀਂ ਪ੍ਰਾਈਵੇਟ ਬੰਦੇ ਮਿਲ ਜੁਲ ਕੇ ਸੰਭਾਲਨੇ ਪਏ ਹਾਂ। ਸਰਕਾਰਾਂ ਦੇ ਉੱਤੇ ਕਿਹੜੇ ਮੂੰਹ ਕਹਿਣ ਵਾਲੀ ਗੱਲ ਹੈ ਜੀ ਉਹਨਾਂ ਦੀ। ਉੱਥੇ ਦੇ ਸਾਡੇ ਚੇਅਰਮੈਨ ਸਾਹਿਬ, ਕੀ ਨਾਮ ਹੈ ਜੀ ਉਹਨਾਂ ਦਾ, ਸਿੰਗਲਾ ਸਾਹਿਬ, ਸਾਡੇ ਕੋਲ ਆਏ, ਉੱਥੇ ਆ ਕੇ ਦੇਖਿਆ ਸੁਣਿਆ। ਦੂਜੇ ਦਿਨ ਕੋਈ ਕਿਸੇ ਨੇ ਖਬਰ ਨਹੀਂ ਲਈ। ਅਸੀਂ ਕਟਾਰੂ ਚੱਕ ਜੀ ਨੂੰ ਮਿਲੇ ਹਾਂ, ਡੀਸੀ ਸਾਹਿਬ ਨੂੰ ਕਿੰਨੀ ਵਾਰੀ ਮਿਲੇ ਹਾਂ, ਡੀਸੀ ਸਾਹਿਬ ਕੋਲ ਇੰਨਾ ਪੋਥੀ ਪਈ ਹੈ ਜੀ ਏਦਾਂ ਦੀ। ਇਹਨਾਂ ਦੀ ਰਿਕੁਐਸਟ ਸਾਡੀ ਕਰ ਕਰਕੇ ਕਰਦੇ ਹਾਂ ਕਿ ਉੱਥੇ ਚਾਰੇ ਕਮੀ ਕਰਕੇ ਰੋਜ਼ ਡੈਥ ਰੇਟ ਵਧਦੀ ਪੈਂਦੀ ਹੈ, ਲੇਕਿਨ ਕੋਈ ਸੁਣਵਾਈ ਨਹੀਂ ਹੈਗੀ ਉੱਥੇ ਦੀ। ਅਜੇ ਸਰਕਾਰਾਂ ਸਿਰਫ ਆਪਣਾ ਢਿੱਡ ਭਰ ਕੇ ਰਾਜੀ ਹੈ। ਗੋਸ਼ਾਲਾ ਦਾ ਗੋ ਟੈਕਸ, ਜਿਹੜਾ ਗੋ ਟੈਕਸ ਆਉਂਦਾ ਹੈ ਹਰ ਸ਼ਰਾਬ ਤੋਂ ਹਰ ਚੀਜ਼ ਤੋਂ ਟੈਕਸ ਮਿਲਦਾ ਹੈ, ਲੇਕਿਨ ਉਹਨਾਂ ਦੇ ਆਪਣਾ ਕੋਠੀਆਂ ਆਪਣਾ ਢਿੱਡ ਹੀ ਭਰ ਕੇ ਰਾਜੀ, ਇਸ ਤੋਂ ਇਲਾਵਾ ਕੁਛ ਨਹੀਂ ਕਰ ਸਕਦੀ। ਇੰਨੀਆਂ ਫੇਲੀਅਰ ਸਰਕਾਰਾਂ ਅਸੀਂ ਕਦੀ ਨਹੀਂ ਦੇਖੀਆਂ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਗਊ ਟੈਕਸ ਦੇ ਨਾਂ ਤੇ ਲੱਖਾਂ ਰੁਪਈਏ ਇਕੱਠੇ ਕਰਦੀ ਹੈ ਪਰ ਉਹ ਪੈਸੇ ਵੀ ਇਹਨਾਂ ਗਾਵਾਂ ਤੇ ਨਹੀਂ ਲੱਗਦਾ। ਹਾਲਾਤ ਇਹ ਨੇ ਕਿ 700 ਗਾਵਾਂ ਦੀ ਥਾਂ ਸਿਰਫ 400 ਗਾਵਾਂ ਦਾ ਚਾਰਾ ਆ ਰਿਹਾ ਹੈ, ਜਿਸ ਕਰਕੇ ਭੁੱਖ ਕਰਕੇ ਕਈ ਗਾਵਾਂ ਦੀ ਮੌਤ ਹੋ ਚੁੱਕੀ ਹੈ। ਮੇਰਾ ਜੀ ਨਾਮ ਕੁਲਵੰਤ ਸਿੰਘ ਬਾਬਾ ਜੀ, ਬਾਬਾ ਜੇਮ ਵਾਲੇ ਮੈਂ ਚਰਚ ਜਾਣਦੇ ਨੇ ਮੈਨੂੰ। ਸਾਡੀ ਪੂਰੀ ਟੀਮ ਦੇ ਨਾਲ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਲੋਕਾਂ ਕੋਲ ਭੀਖ ਮੰਗੀ ਜਾ ਰਹੀ ਆ, ਠੀਕ ਹੈ ਜੀ। ਸਰਕਾਰ ਨੂੰ ਤਾਂ ਸ਼ਰਮ ਆਉਣੀ ਨੀ, ਕਮ ਸੇ ਕਮ ਜਿਹੜੇ ਆਮ ਲੋਕ ਨੇ ਉਹ ਵਿਚਾਰੇ ਅੱਗੇ ਆਉਣ, ਠੀਕ ਹੈ ਨਾ। ਹੁਣ ਜਿਹੜੇ ਕਲਾਨੌਰ ਗਊਸ਼ਾਲਾ, ਸਰਕਾਰੀ ਗਊਸ਼ਾਲਾ ਮੋਜੋਵਾਲ ਆ, ਉੱਥੇ ਉਹਨਾਂ ਕਿ ਆਪਣੇ ਘੱਟ ਦਾ ਚਾਰਾ ਭੇਜਿਆ ਜਾ ਰਿਹਾ ਆ, ਠੀਕ ਆ। 450 ਦੇ ਕਰੀਬ ਦਾ ਚਾਰਾ ਭੇਜਿਆ ਜਾ ਰਿਹਾ, ਉੱਥੇ ਗਿਣਤੀ ਬਹੁਤ ਜ਼ਿਆਦਾ ਹੈਗੀ ਆ, ਤੇ ਜਿਹਦੇ ਕਰਕੇ ਉਹਨਾਂ ਨੂੰ ਚਾਰਾ ਪ੍ਰੋਪਰ ਨਹੀਂ ਪੈਣ ਡਿਆ ਤੇ ਭੁੱਖਮਰੀ ਕਾਰਨ ਉਹਨਾਂ ਦੀ ਮੌਤ ਹੋ ਰਹੀ ਆ। ਉਹਦੇ ਸ਼ੈੱਡ ਦੇ ਬੰਦੋਬਸਤ ਵੀ ਆਪਣੇ ਨਹੀਂ ਪੂਰਾ ਹੈਗਾ, ਤੇ ਜਿਹਨਾਂ ਕਰਕੇ ਧੁੱਪੇ ਪੂਰੇ ਸਰਦੀਆਂ ਵਿੱਚ 50-50 ਦੇ ਕਰੀਬ ਮਰਦੀਆਂ ਸੀ। ਮੈਂ ਡੀਸੀ ਸਾਹਿਬ ਨੂੰ ਆ ਕੇ ਮੈਂ ਦੱਸਿਆ ਕਿ ਸਰ ਇੱਥੇ ਇਹ ਵਾਲੀ ਗੱਲ ਹੋ ਰਹੀ ਆ, ਤੇ ਡੀਸੀ ਸਾਹਿਬ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੀ। ਉਲਟਾ ਮੈਂ ਵੀਡੀਓ ਬਣਾ ਕੇ ਲਿਆਉਂਦੇ, ਮੈਨੂੰ ਕਹਿੰਦੇ ਮੈਂ ਪਰਚਾ ਕੱਟ ਦੇਣਾ ਆ, ਤੇ ਮੈਂ ਕੱਟਦੇ ਪਰਚੇ ਨੂੰ ਡਰ ਨਹੀਂ ਪਏਗਾ, ਜੇ ਬੇਜ ਬਣਾ ਦੇ ਮੈਨੂੰ ਖੜਨਾ ਵੀ ਪੈ ਗਿਆ ਨਾ ਤੇ ਮੈਨੂੰ ਮਰਨ ਲਈ ਵੀ ਮੈਂ ਤਿਆਰ ਹਾਂ। ਮੰਗ ਜੀ ਸਾਡੀ ਇਹੋ ਹੀ ਆ, ਸਿਰ ਦੀ ਛੱਤ ਮਿਲਣੀ ਚਾਹੀਦੀ ਆ, ਚਾਰਾ ਪ੍ਰੋਪਰ ਮਿਲਣਾ ਚਾਹੀਦਾ ਉਹਨਾਂ ਨੂੰ, ਠੀਕ ਹੈ ਜੀ।
ਬਸ ਇਹੀ ਸਾਡੀ ਮੰਗ ਆ। ਗਾਵਾਂ ਦੀ ਜਿਹੜੀ ਗਿਣਤੀ ਆ ਜੀ, ਚਲੋ 650 ਦੇ ਕਰੀਬ ਜਿਹੜੀ ਗਿਣਤੀ ਆ, ਕਹਿੰਦੇ ਆਪਾਂ ਕੀਤੀ ਸੀ ਆਪਣੇ ਸਾਰੇ ਮੈਂਬਰਾਂ ਨੇ ਜਾ ਕੇ, 14-15 ਮੈਂਬਰਾਂ ਨੇ ਜਾ ਕੇ ਉੱਥੇ, ਜਿਹੜੇ ਚਾਰਾ ਆ ਉਹ ਘਟਦਾ ਭੇਜ ਰਹੀ ਹੈ ਸਰਕਾਰ। ਠੀਕ ਹੈ ਜੀ, ਹਾਂਜੀ ਡੈਥ ਕੇਸ ਉਹਨੇ ਆਪਣੇ ਸਾਨੂੰ ਕਿਹੜੇ ਦੱਸਦੇ ਨੇ, ਉਹ ਚੁੱਪ ਚੁੱਪੇ ਗਾਈਆਂ ਚੁੱਕ ਲੈਂਦੇ ਆ ਆਪਣੇ, ਜਿਹੜੀ ਮੇਨ ਗੱਲ ਆ। ਹਾਂਜੀ ਉੱਥੇ ਗਾਈਆਂ ਜਦੋਂ ਆਪਾਂ ਜਾਂਦੇ ਰਹੇ ਹਾਂ ਨਾ, ਜਦੋਂ ਜਦੋਂ ਆਪਾਂ ਪਹਿਲੇ ਦਿਨ ਤੋਂ ਜਾ ਰਹੇ ਹਾਂ, 40-40 50-50 ਲਗਾਤਾਰ ਲੇਟੀਆਂ ਹੁੰਦੀਆਂ ਰਹੀਆਂ। ਠੀਕ ਹੈ ਨਾ, ਹਾਂਜੀ ਲੋਕਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਜੋ ਬਣ ਸਕਿਆ ਜੋ ਸਰ ਸਕਿਆ ਉਹ ਦਾਨ ਕਰ ਦਿੱਤਾ, ਪਰ ਸਰਕਾਰਾਂ ਕਦੋਂ ਜਾਗਣਗੀਆਂ, ਕਦੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਗੀਆਂ? ਸ਼ਾਇਦ ਸਾਡੀ ਇਹ ਖਬਰ ਸੁਣ ਕੇ ਹੀ ਸਰਕਾਰ ਦੇ ਕੰਨ ਖੁੱਲ ਜਾਣ ਤੇ ਇਹਨਾਂ ਬੇਜ਼ੁਬਾਨਾਂ ਦੀ ਆਵਾਜ਼ ਤੇ ਦਰਦ ਭਰਿਆ ਅਹਿਸਾਸ ਸਰਕਾਰ ਨੂੰ ਸੁਣ ਜਾਏ। ਕਲਾਨੌਰ ਤੋਂ ਔਨ ਏਅਰ ਲਈ ਨਿਤਿਨ ਲੂਥਰਾ ਦੀ ਰਿਪੋਰਟ।